ਦੱਸਿਆ ਇਹ ਗੱਲ ਕਹੀ ਆ ਕਿ ਦਰਵੇਸ਼ ਬਜ਼ਾਰੇ ਬਜ਼ਾਰ ਤੁਰਿਆ ਜਾਂਦਾ ਵੇਖਿਆ ਨੌਜਵਾਨ ਲੜਕੀ ਚਵਾਰ ਦੇ ਵਾਲ ਸੁਕਾਉਂਦੀ ਅੱਲਾ ਨੇ ਹੁਸਨ ਦੇ ਥੱਬੇ ਦਿੱਤੇ ਦਰਵੇਸ਼ ਦੀ ਨਜ਼ਰ ਪੈ ਗਿਆ ਕਹਿਣ ਲੱਗਾ ਵਾਹ ਮੁਸਵਰਾ ਮੂਰਤਾਂ ਬਣਾਉਣ ਵਾਲਿਆ ਮਿੱਟੀ ਵਿੱਚੋਂ ਜਲਵੇ ਨੂਰ ਦੇ ਦਿਖਾਉਣ ਵਾਲਿਆ ਉਸ ਲੜਕੀ ਦੇ ਦਰਵੇਸ਼ ਨਜ਼ਰ ਪਿਆ ਆਪਣੇ ਖੰਭ ਨੂੰ ਆਵਾਜ਼ ਮਾਰੀ ਅੱਲਾ ਦੇ ਬੰਦਿਆ ਜੇ ਰੱਬ ਨੇ ਹੁਸਨ ਦਿੱਤਾ ਤੇ ਆਟਾ ਮੰਗਣ ਵਾਲੇ ਫੱਕਾ ਫੱਕਾ ਦਰਵੇਸ਼ ਵੀ ਮਖੌਲ ਕਰਦੇ ਉਹਨੇ ਵੇਖਿਆ ਨੀ ਸੋਚਿਆ ਨੀ ਦਰਵੇਸ਼ ਦੇ ਧੱਕੇ ਮਾਰਨੇ ਸ਼ੁਰੂ ਕਰਤੇ ਦਰਵੇਸ਼ ਤੁਰਿਆ ਜਾਂਦਾ ਕਹਿੰਦਾ ਕਿ ਸਾਡਾ ਅਰਦਾਂ ਦਾ ਕੁਝ ਨਹੀਂ ਜਾਣਾ ਧੱਕੇ ਪੈਣੇ ਤੇਰੇ ਨਾਮ ਲੜਕਾ ਪੌੜੀਆਂ ਚੜਿਆ ਜਾਂਦਾ ਜਦੋਂ ਆਖਰਲੀ ਪੌੜੀ ਤੇ ਗਿਆ ਐਸਾ ਪੈਰ ਥਿੜਕਿਆ ਜ਼ਮੀਨ ਤੇ ਡਿੱਗ ਪਈ ਜਾਨ ਨਿਕਲ ਗਈ ਲੜਕੀ ਨੂੰ ਸਬੂਤ ਇਹ ਹੋਇਆ ਕਿ ਦਰਵੇਸ਼ ਕਿਸੇ ਪੀਰ ਮੁਰਸ਼ਿਦ ਵਾਲਾ ਦੇ ਨਾ ਹੱਕ ਮਾਰੀਆਂ ਗਈਆਂ ਆਣ ਕੇ ਪੈਰ ਪਕੜ ਆਖਿਆ ਵਾ ਬਾਬਾ ਲੋਕਾ ਮੈਂ ਤੇ ਤੇਰੇ ਪੀਰ ਦੀਆਂ ਨਿਆਣਾ ਲੈ ਕੇ ਜਾਵਾਂ ਜੋ ਮੇਰਾ ਕੰਮ ਜਿੰਦਾ ਹੋ ਜੇ ਕਹਿਣ ਲੱਗਾ ਬੇਟਾ ਮੈਂ ਤੇ ਕੁਝ ਨਹੀਂ ਕਿਹਾ ਕਿਉਂ ਤੇਰੇ ਖਸਮ ਕੋ ਤੇਰੀ ਹਮਾਇਤ ਜ਼ਰੂਰ ਸੀ ਲੇਕਿਨ ਮੇਰੇ ਖਸਮ ਕੋ ਮੇਰੀ ਯਾਦ ਨਹੀਂ ਮਨਜ਼ੂਰ ਤੇਰਾ ਖਸਮ ਆਇਆ ਆਕਰ ਚਾਟੇ ਲਗਾ ਗਿਆ ਜਬ ਮੇਰਾ ਖਸਮ ਆਇਆ ਉਹ ਤੋ ਝਗੜੇ ਮਿਟਾ ਗਿਆ ਹੁਣ ਇਸ ਤਰ੍ਹਾਂ ਕਰ ਤੇ ਮੇਰੇ ਸਖੀ ਦਾ ਬਾਬੇ ਸਿੱਧੀ ਹਲ ਦਾ ਮੇਲਾ ਲੱਗਾ ਸੀ ਚਲੀ ਚੱਲ ਸ਼ਾਇਦ ਤੇਰੀ ਆਸ ਮਰਾਦ ਪੂਰੀ ਹੋ ਜੇ ਇੱਕ ਦੀਵਾਨਾ ਲੈ ਕੇ ਆਪਣੇ ਮੁਰਸ਼ਦ ਦੇ ਦਰ ਤੇ ਆਉਂਦਾ ਇੱਕ ਰੋ ਰੋ ਕੇ ਅਰਦਾ ਕਰਦਾ ਸ਼ਾਇਦ ਤਾਰੀਫ ਕਰਦਾ ਭਲਾ ਕੈਸੇ ਕੈਸੇ ਜਵਾਬ ਕਰਦਾ ਜੀ।